ਰਿਲੇਸ਼ਨ ਚ ਰਹਿੰਦੇ ਮੁੰਡੇ ਨੇ ਵਿਆਹ ਲਈ ਕੀਤਾ ਮਨਾ। ਤਕੜੀ ਦੀ ਮਾਂ ਨੇ ਮੁੰਡੇ ਤੇ ਕਰਵਾਇਆ ਬਲਾਤਕਾਰ ਦਾ ਪਰਚਾ। ਪਰਚਾ ਵਾਪਿਸ ਲੈਣ ਲਈ ਕੀਤੀ ਜਾ ਰਹੀ 8 ਲੱਖ ਦੀ ਮੰਗ। ਟੈਨਸ਼ਨ ਚ ਆ ਕੇ ਮੁੰਡੇ ਦੇ ਪਿਓ ਦੀ ਹੋ ਗਈ ਮੌਤ। ਤਾਂ ਦੱਸ ਦੇ ਕਿ ਇੱਕ ਪਰਿਵਾਰ ਦੇ ਵੱਲੋਂ ਲਾਸ਼ ਨੂੰ ਸੜਕ ਤੇ ਰੱਖ ਕੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਤਾਂ ਉਹਨਾਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਦੇ ਮੁੰਡੇ ਦਾ ਕਿਸੇ ਕੁੜੀ ਦੇ ਨਾਲ ਰਿਲੇਸ਼ਨ ਸੀ, ਤਾਂ ਲੜਕੀ ਦੀ ਮਾਂ ਦੇ ਵੱਲੋਂ ਉਸ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਮੁੰਡੇ ਦੇ ਵੱਲੋਂ ਇਸ ਸੰਬੰਧੀ ਮਨਾ ਕਰ ਦਿੱਤਾ ਗਿਆ। ਤਾਂ ਗੁੱਸੇ ਦੇ ਵਿੱਚ ਆ ਕੇ ਕੁੜੀ ਦੀ ਮਾਂ ਨੇ ਮੁੰਡੇ ਤੇ ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੱਤਾ ਤੇ ਪਰਚਾ ਵਾਪਸ ਲੈਣ ਦੇ ਲਈ 8 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਮੁੰਡੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਟੈਨਸ਼ਨ ਦੇ ਵਿੱਚ ਆ ਕੇ ਮੁੰਡੇ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦੇ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕੁੜੀ ਮੁੰਡੇ ਦੇ ਰਿਲੇਸ਼ਨ ਦੀ ਬਲੀ ਮੁੰਡੇ ਦਾ ਪਿਓ ਚੜ ਗਿਆ ਤੇ ਉਸ ਦੀ ਮੌਤ ਹੋ ਗਈ ਹੈ। ਤਾਂ ਹੁਣ ਪਰਿਵਾਰ ਦੇ ਵੱਲੋਂ ਲਾਸ਼ ਨੂੰ ਸੜਕ ਤੇ ਰੱਖ ਕੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਤਾਂ ਕੁੜੀ ਦੀ ਭੈਣ ਨੇ ਦੱਸਿਆ ਕਿ ਉਸਦੇ ਭਰਾ ਦਾ ਕਿਸੇ ਕੁੜੀ ਦੇ ਨਾਲ ਰਿਲੇਸ਼ਨ ਸੀ, ਜਿਸ ਤੋਂ ਬਾਅਦ ਲੜਕੀ ਦੀ ਮਾਂ ਦੇ ਵੱਲੋਂ ਜ਼ਬਰਦਸਤੀ ਲੜਕੇ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਗਈ। ਤਾਂ ਜਦੋਂ ਲੜਕੇ ਨੇ ਮਨਾ ਕਰ ਦਿੱਤਾ ਤਾਂ ਉਸਦੀ ਮਾਂ ਨੇ ਲੜਕੀ ਵੱਲੋਂ ਉਸ ਕੋਲੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਜਦੋਂ ਪੈਸੇ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਲੜਕੀ ਦੀ ਮਾਂ ਦੇ ਵੱਲੋਂ ਉਸਦੇ ਭਰਾ ਦੇ ਉੱਤੇ 376 ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ, ਜਿਸ ਦੇ ਚੱਲਦੇ ਉਸਦੇ ਭਰਾ ਨੂੰ ਜੇਲ੍ਹ ਹੋ ਗਈ ਤੇ ਉਸਦਾ ਭਰਾ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸਦੇ ਮਾਂ ਪਿਓ ਦੇ ਨਾਲ ਵੀ ਜ਼ੁਲਮ ਕੀਤੇ ਗਏ, ਜਿਸ ਦੇ ਚੱਲਦੇ ਪਿਤਾ ਟੈਨਸ਼ਨ ਦੇ ਵਿੱਚ ਆ ਕੇ ਉਸਦੀ ਮੌਤ ਹੋ ਗਈ, ਜਿਸ ਦੇ ਜ਼ਿੰਮੇਵਾਰ ਲੜਕੀ ਅਤੇ ਉਸਦੀ ਮਾਂ ਹੈ। ਤਾਂ ਇਹ ਬਿਆਨ ਉਸ ਲੜਕੇ ਦੀ ਭੈਣ ਦੇ ਵੱਲੋਂ ਦਿੱਤਾ ਗਿਆ ਹੈ ਅਤੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਇਸ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਅਤੇ ਇਸ ਦੇ ਵਿੱਚ ਪਰਿਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇਗਾ। ਉਹਨੂੰ ਝੂਠਾ ਫਸਾਇਆ ਜਾਣ ਦਿਆ ਸੀਗਾ, ਆਪਾਂ ਸਬੂਤ ਵੀ ਦੇ ਕੇ ਆਏ ਹਾਂ ਵੂਮੈਨਸ ਹੈਲਥ ਦੇ ਵਿੱਚ। ਕੁੜੀ ਉਹਨਾਂ ਜੋਬ ਕਰਦੀ ਸੀ, ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜ੍ਹੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਅਤੇ ਰਿਕਾਰਡਿੰਗਾਂ ਤੋਂ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਹ ਰਿਕਾਰਡਿੰਗਾਂ ਜਦੋਂ ਬਾਜ਼ਾਰ 'ਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ। ਇੱਥੋਂ ਤੱਕ ਥਾਣੇ ਵਾਲਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਦਿੱਤਾ, ਇੰਸਪੈਕਟਰ ਸਾਹਿਬ ਨੇ ਕਿਹਾ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਕੋਈ ਰਿਪੋਰਟ ਅਸੀਂ ਇਨਸਾਫ ਮੰਗਦੇ ਉਹਨੂੰ ਮਾਵਾਂ ਧੀਆਂ ਨੂੰ ਉਹਦੇ ਪਿਓ ਨੂੰ ਅਰੈਸਟ ਕੀਤਾ ਜਾਵੇ। ਉਹਨਾਂ ਦੀਆਂ 5 ਮਹੀਨੇ ਹੋ ਗਏ, ਸਾਨੂੰ ਬਲੈਕਮੇਲ ਕਰ, ਪਹਿਲਾਂ ਉਹਨੂੰ ਵਿਆਹ ਵਾਸਤੇ ਬਲੈਕਮੇਲ ਕੀਤਾ ਜਾ ਰਿਹਾ ਸੀ, ਵਿਆਹ ਤੋਂ ਸਾਡੇ ਘਰ ਆਈ ਆ ਧੱਕੇ ਨਾਲ ਲੈ ਕੇ ਗਈ ਚੂੜੀਆਂ ਪਵਾਉਣ ਵਾਸਤੇ, ਕਹਿੰਦੀ ਨਾ ਇਹ ਅਸੀਂ ਮੈਂ ਸਿਰ ਖਿਲਾਰ ਜਾਣੇ ਸਾਰਿਆਂ ਦੇ, ਪ੍ਰਧਾਨਾਂ ਦੇ ਕਹਿਣ ਦੇ ਚੂੜੀਆਂ ਪਾਉਣ ਕੇ ਵਾਸਤੇ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ, ਬਾਅਦ 'ਚ ਫਿਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਂ 'ਤੇ ਫੇਰਿਆ ਤਾਂ ਪਹਿਲਾਂ ਜਾਇਦਾਦ ਕਰ ਦਿੱਤੀ ਜਾਵੇ ਜਿੱਥੇ ਅਸੀਂ ਰਹਿਣ ਦੇ, ਸਾਡਾ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ। ਕਹਿੰਦੇ ਕਿ ਸਾਰੀ ਉਹਦੇ ਨਾਂ 'ਤੇ ਇੱਕ ਫੇਰਿਆ ਹੋਣੇ ਚਾਹੀਦੇ। ਮੁੰਡਾ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ, ਉਹ ਚਲ ਗਿਆ, ਕਹਿੰਦਾ ਕਿਤੇ ਮੈਨੂੰ ਝੂਠਾ ਫਸਾਉਂਦੇ ਆ, ਗਲਤੀ ਸਾਡੇ ਕੋਲ ਇਹ ਹੈਗੀ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ, ਸਾਡੇ ਕੋਲ ਇਹੋ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੈਂ ਸਾਡੇ ਪਿਓ ਦੀ ਇੱਜ਼ਤ ਨਾ ਮਿਲ, ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋਲ, ਤਾਂ ਹੁਣ ਸਾਡੀ ਇੱਜ਼ਤ ਕੀ ਰਹਿ ਗਈ ਆ ਪਿੱਛੇ। 8 ਲੱਖ ਰਾਜੀਨਾਮੇ ਦੇ ਨਾਂ ਤੇ ਸਾਨੂੰ ਬਾਰ ਬਾਰ ਬੁਲਾ ਲੈਂਦੀ ਸੀ, ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ, 8 ਲੱਖ ਰੁਪਏ ਦੀ ਮੰਗ ਕਰਦੀ ਸੀ, ਕਹਿੰਦੀ ਮੈਂ 1 ਰੁਪਿਆ ਘੱਟ ਨਹੀਂ ਲੈਣਾ।
ਆਪ ਮਾਵਾਂ ਧੀਆਂ ਸਾਰਾ ਟੱਬਰ ਜੋਬ ਤੇ ਜਾ ਰਿਹਾ, ਇੰਨੀ ਵੀ ਨੀ ਸ਼ਰਮ ਕਰਦੇ, ਸਾਡੇ ਬੋਹੇ ਗਾੜੀਓ ਲੰਘ ਕੇ ਜਾਂਦੀ ਆ। 8 ਲੱਖ ਰੁਪਏ ਕੁੜੀ ਦੀ ਵੀ, ਕੁੜੀ ਦੀ ਮਾਂ ਦੀ ਵੀ 8 ਲੱਖ ਦੀ ਡਿਮਾਂਡ ਸੀ। ਸਾਡੇ ਕੋਲ ਸਬੂਤ ਹੈ ਕਿ ਮੁੰਡੇ ਸਾਡੇ ਨੂੰ ਇਹਨਾਂ ਨੇ ਜੇਲ੍ਹ ਚ ਪਹੁੰਚਾ ਦਿੱਤਾ ਆ। ਕਹਿੰਦੀ ਸੀਗੀ ਕਿ ਮੈਂ ਆਪਣਾ ਫੈਸਲਾ ਵਾਪਸ ਲੈਂਦੀ ਆ, ਗੱਲ ਕਿਸੇ ਨਾਲ ਨਾ ਕਰੋ, ਮੈਂ ਕਿਸੇ ਪ੍ਰਧਾਨ ਨੂੰ ਨਹੀਂ ਬੁਲਾਉਣਾ ਚਾਹੁੰਦੀ, ਕੋਈ ਨਾ ਆਵੇ ਮੇਰੇ ਘਰ, ਤੁਸੀਂ ਆਓ ਮੇਰੇ ਘਰੇ, ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਕਿ ਮੈਂ ਕਿਨੇ 8 ਲੱਖ ਰੁਪਏ ਦੀ, 8 ਲੱਖ ਰੁਪਏ ਦੀ ਆਵਾਜ਼ ਦੇ ਕੇ ਕਹਿੰਦੀ ਕਿ ਮੈਂ 1 ਰੁਪਿਆ ਘੱਟ ਨਹੀਂ ਜੋ ਦੇਣਾ। ਪ੍ਰਸ਼ਾਸਨ ਵੱਲੋਂ ਕਿਸੇ ਨੇ ਸਾਡੀ, ਅਸੀਂ ਵੂਮੈਨ ਸੈੱਲ ਵਿੱਚ ਬਹੁਤ ਧੱਕੇ ਖਾਧੇ, ਸਾਡੇ ਰਿਸ਼ਤੇਦਾਰ, ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ, ਉਹ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਆਉਂਦੇ ਰਹੇ ਆ, ਪਰ ਸਾਡੀ ਉਹਨਾਂ ਨੂੰ, ਅਸੀਂ ਫਿਰ ਹਾਈ ਕੋਰਟ ਦੇ ਆਰਡਰ ਸੀਗੇ, ਉਹਨਾਂ ਵੀ ਉਹ ਵੀ ਨਹੀਂ ਉਹਨਾਂ ਨੇ ਲਾਏ, ਉਹਨਾਂ ਨੇ ਉਹ ਵੀ ਪੁਲਿਸ ਵਾਲਿਆਂ ਨੇ ਵੀ ਉਹਦੀ ਸਾਈਡ ਲਈ, ਸਾਡੀ ਕੋਈ ਸੁਣਵਾਈ ਨਹੀਂ ਹੋਈ, ਕੋਈ ਨਹੀਂ ਅੱਜ ਤੱਕ। ਹੁਣ ਸਾਨੂੰ ਮੇਰੀ ਮਾਂ ਨੂੰ, ਸਾਨੂੰ ਇਨਸਾਫ਼ ਚਾਹੀਦਾ ਸਾਡੇ ਪਿਓ ਦੀ ਮੌਤ ਦਾ, ਕਿ ਜਿਹੜੀ ਉਹਦੀ ਬਲੈਕਮੇਲੀ ਦਾ ਕਰਕੇ ਹੋਈ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਇਹ ਬਲੈਕਮੇਲ ਕਰਦੇ 5 ਮਹੀਨਿਆਂ ਤੋਂ, 5 ਮਹੀਨਿਆਂ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ 5 ਮਹੀਨਿਆਂ ਤੋਂ। ਸਾਰਿਆਂ ਨੂੰ ਜੈ ਵਾਲਮੀਕੀ ਜੀ, ਮੇਰਾ ਨਾਂ ਕਰਨ ਵੇਰਕਾ ਜੀ। ਇਹ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ, ਲੜਕੇ ਦੇ ਅਤੇ ਲੜਕੀ ਦੇ ਰਿਲੇਸ਼ਨ ਸੀ, ਪਰ ਰਿਲੇਸ਼ਨ 'ਚ ਲੜਕਾ ਪਿੱਛੇ ਹਟ ਗਿਆ ਅਤੇ ਉਹਦੇ ਕਰਕੇ ਲੜਕੀ ਦੇ, ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਤਕਾਰ ਦਾ, ਵਿਦ ਉਹਦੀ ਲੜਕੇ ਦੇ ਮਦਰ 'ਤੇ ਵੀ, ਫਾਦਰ 'ਤੇ ਵੀ। ਇਹ ਕਿੱਦਾਂ ਦਾ ਲੋ ਆ, ਰਿਲੇਸ਼ਨ ਇਕੱਠੇ ਰਹਿੰਦੇ ਆ, ਬਾਅਦ 'ਚੋਂ ਜੀ ਜੇ ਵਿਆਹ ਨਾ ਕਰਵਾਓ ਜਾਂ ਕੁਛ ਆ ਤਾਂ ਬਲਤਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ। ਉਸ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ ਦੋ ਅਤੇ ਪਰਚੇ ਅਸੀਂ ਜਿਹੜੇ ਆ ਕੈਂਸਲ ਕਰਵਾ ਦਿੰਦੇ ਹਾਂ। ਇਹ ਬਿਲਕੁਲ ਇਨਸਾਫ਼ ਨਹੀਂ ਆ, ਅਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਸੀ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ, ਮਾਂ ਪਿਓ ਵੱਲੋਂ, ਜੋ ਕਿ ਉਹਦੇ ਫਾਦਰ ਕੋਲੋਂ ਵੀ ਪੈਸੇ ਮੰਗਦੇ ਸੀ ਵਾਰ ਵਾਰ ਕਾਲਾਂ ਕਰਕੇ ਵੀ ਅਸੀਂ ਇੱਦਾਂ ਕਰ ਦਿੰਦੇ, ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ, ਲੜਕੇ ਨੂੰ ਧਮਕੀਆਂ ਵੀ ਜੇਲ੍ਹ 'ਚ ਵੀ ਮਰਵਾ ਦਾਂਗੇ, ਉਹਦੇ ਕਰਕੇ ਜੋ ਕਿ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ, ਸਵੇਰੇ ਸੋਰੀ ਡੈਥ ਹੋ ਚੁੱਕੀ ਆ। ਇਸ ਕਰਕੇ ਜੇ ਆਪਾਂ ਠਾਣੇ ਗਏ SHO ਕੋ, SHO ਕਹਿੰਦਾ ਮੇਰੇ ਵੱਸ 'ਚ ਦੀ ਗੱਲ ਨਹੀਂ ਆ, ਮੈਂ ਕੁਛ ਨਹੀਂ ਕਰ ਸਕਦਾ, ਤੁਸੀਂ ਜੋ ਕਰਨਾ ਕਰ ਲਓ। ਇਹ ਵੇਖੋ ਜੀ, ਇਹ ਹਾਲਾਤ ਨੇ, ਇਹ ਪੁਲਿਸ ਵਾਲਿਆਂ ਦੇ, ਇਹ ਪੁਲਿਸ ਪ੍ਰਸ਼ਾਸਨ ਦੇ, ਇਹ ਬਹੁਤ ਲੋਕਾਂ ਨਾਲ ਧੱਕਾ ਹੋ ਰਿਹਾ ਵਾ। ਇਸ ਕਰਕੇ ਅਸੀਂ ਬੇਨਤੀ ਕੀਤੀ ਆ ਵੀ ਇਨਸਾਫ਼ ਦਿਲਵਾਇਆ ਜਾਵੇ, ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਇਨਸਾਫ਼ ਦਿੱਤਾ ਜਾਵੇ ਇਹਨਾਂ ਨੂੰ। ਬਕਾਇਦਾ ਇਹੋ ਜਿਹੀ ਇੱਦਾਂ ਦਾ ਲੋ ਅਸੀਂ ਕੀ ਕਰਨਾ ਵਾ, ਜਿਹਦੇ 'ਚ ਲੜਕੇ ਦੀ, ਕਿਸੇ ਦੀ, ਲੜਕੀਆਂ ਆਉਂਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਅਤੇ ਸਿੱਧਾ ਬਾਅਦ 'ਚੋਂ ਪੈਸੇ ਦੀ ਡਿਮਾਂਡ ਕਰਨ ਲੱਗ ਪੈਂਦੀਆਂ, ਇਹ ਕਿੱਦਾਂ ਦਾ ਲੋ ਜੀ? ਰਿਲੇਸ਼ਨ 'ਚ ਇਕੱਠੇ ਰਹਿੰਦੇ ਆ, ਜੇ ਵਿਆਹ ਨਹੀਂ ਹੁੰਦਾ ਤਾਂ ਆਪਾਂ 376 ਦਾ ਬਲਤਕਾਰ ਦਾ ਪਰਚਾ, ਉਹਦੇ ਮਾਂ ਪਿਓ 'ਤੇ ਪਰਚਾ, ਮਾਂ ਪਿਓ ਦਾ ਕੀ ਕਸੂਰ ਆ, ਮਾਂ ਪਿਓ ਦਾ ਥੋੜ੍ਹੀ ਕਸੂਰ ਆ, ਦੋਨਾਂ ਦੇ ਧਰਾਵਾਂ ਲਾਤੀਆਂ ਗਈਆਂ 376 ਦੀ, ਮਾਂ ਪਿਓ 'ਤੇ ਕਾਹਦੀ ਬਣਦੀ ਸੀ ਜੀ? ਪ੍ਰਸ਼ਾਸਨ ਵੱਲੋਂ ਕੋਈ ਆਸ਼ਵਾਸਨ ਨਹੀਂ ਦਵਾਇਆ ਗਿਆ SHO ਵੱਲੋਂ। SHO ਕਹਿੰਦਾ ਜੋ ਕਰਨਾ ਤੁਸੀਂ ਕਰ ਲਓ, ਮੇਰੇ ਹੱਥ ਖੜ੍ਹੇ, ਮੈਂ ਪਰਚਾ ਨਹੀਂ ਕਰ ਸਕਦਾ, ਪਤਾ ਨਹੀਂ ਕਿਉਂ ਜਾਂ ਉਹਨਾਂ ਕੋਲ ਪੈਸੇ ਚੁੱਕ ਚੁੱਕਾ ਵਾ, ਇਹ ਕੋਈ ਬਣਦਾ ਨਹੀਂ ਆ ਤੁੱਕ ਵੀ, ਮੈਂ ਕੁਛ ਨਹੀਂ ਕਰ ਸਕਦਾ। ਤੂੰ ਆ ਯਾਰ, ਉੱਥੇ ਆ ਕੇ ਉਹਨਾਂ ਦੇ ਘਰ ਆ, ਵੇਹ ਆ ਕੇ ਵੀ ਕੀ ਗੱਲ ਆ, ਆ ਇੰਨਾ ਇਕੱਠ ਇਕੱਠਾ ਹੋਇਆ ਸਾਰਾ ਮੁਹੱਲੇ ਦਾ, ਇਹ ਸਿਰਫ ਇਨਸਾਫ਼ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਵਾ। ਵੇਖੋ ਜੀ, ਜੇ ਨਹੀਂ ਮਸਲਾ ਹੱਲ ਹੁੰਦਾ, ਜਿੱਦਾਂ ਡੈੱਡ ਬੋਡੀ ਆ, ਅਸੀਂ ਪਰਿਵਾਰ ਦੇ ਨਾਲ ਆ, ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਅਸੀਂ ਬੋਡੀ, ਅਤੇ ਸੜਕ ਇੱਦਾਂ ਜਾਮ ਰਹੂਗੀ ਜੀ ਪਰਿਵਾਰ ਵੱਲੋਂ। ਮੇਰਾ ਪ੍ਰੇਮ ਸਿੰਘ ਆ, ਮੈਂ ਚੰਗੇ ਰਹਿਣ ਵਾਲਾ ਜੀ, ਇਹ ਮੇਰਾ ਜੀਜਾ ਜੀ ਆ। ਅੱਛਾ ਜੀ। ਮੁੰਡੇ ਨੇ ਰਿਲੇਸ਼ਨ ਨਹੀਂ, ਕੁੜੀ ਦੀ ਮਾਂ ਨੇ ਮੁੰਡੇ ਨੂੰ ਉੱਥੇ ਲਾਇਆ ਸੀ ਕਲਫਾ ਮੰਡ ਵਿੱਚ, ਉਹ 'ਤੇ ਇਹਨਾਂ ਦੀ ਗੱਲਬਾਤ ਬਣੀ ਹੈ, ਮਰਜ਼ੀ ਦੇ ਨਾਲ ਰਿਲੇਸ਼ਨ ਹੁੰਦੇ ਰਹੇ ਆ, ਮੁੜ ਕੇ ਬਲੈਕਮੇਲ ਕਰਦੇ ਰਹੇ ਵੀ ਵਿਆਹ ਕਰਾ, ਮੁੰਡਾ ਦਾ ਹੀ ਮੈਂ ਵਿਆਹ ਨਹੀਂ ਕਰਾਉਣਾ, ਨਵਿਆਹ ਕਿਤੇ ਹੋਰ ਕਰਾ ਕੇ, ਅਤੇ ਹੁਣ ਇਹਨਾਂ ਕੋਲ ਡਿਮਾਂਡ ਕਰਦੇ 8 ਲੱਖ ਰੁਪਏ ਨੂੰ ਦਿਓ, ਤੇਰੇ ਹੀ ਫੈਸਲਾ ਕਰ ਲਓ।
ਥਾਣੇ 'ਚ ਵੀ ਧੱਕੇ ਖਾਂਦੇ ਰਹੇ ਪਰ ਸਾਡਾ ਕੋਈ ਨਹੀਂ ਸੁਣ ਸਕਿਆ। ਹੁਣ ਤੁਸੀਂ ਥਾਣੇ ਗਏ ਤਾਂ ਥਾਣੇ ਵਾਲੇ ਨੇ ਸਾਡਾ ਪਰਚਾ ਨਹੀਂ ਦਰਜ ਕੀਤਾ ਵੀ ਬਣ ਨਹੀਂ ਸਕਦਾ ਵੀ ਸਾਡੇ ਇਨਸਾਫ਼ ਚਾਹੀਦਾ ਵਾ। ਸਾਡਾ ਜੀ ਜਿਵੇਂ ਗਿਆ ਮੁੰਡਾ ਸਾਡਾ ਵੀ ਜੇਲ੍ਹ ਦੇ ਵਿੱਚ ਘਲਾਇਆ ਹੋਇਆ ਵਾ। ਇੱਥੇ ਹੁਣ ਕੋਈ ਪਹੁੰਚਿਆ ਨਾ ਨਾ ਕੋਈ ਨਹੀਂ ਅਜੇ ਤੱਕ ਨਹੀਂ ਕੋਈ ਪਹੁੰਚਿਆ ਵੀ ਅਸੀਂ ਉਹਨਾਂ ਦੇ ਸ਼ਿਕਾਰ ਨਹੀਂ ਕਰਦੇ ਜਿਵੇਂ ਚੱਲ ਸਾਨੂੰ ਇਨਸਾਫ਼ ਨਾ ਮਿਲਿਆ। ਇਸ ਲਈ ਡੈਥ ਹੋਈ ਪਹਿਲਾਂ 1,00,000 ਤੋਂ 8,00,000 ਆਉਂਦੀ 8,00,000 ਰੁਪਏ ਕਿੱਥੇ ਦੇਣ 8,00,000 ਦੇ ਥਾਂ ਵੀ ਕਿਤੇ ਵੇਚ ਕੇ ਦੇ ਦੇਣ। ਇੱਕ ਤਾਂ ਕਮਰਾ ਸਾਰਾ ਇੱਕ ਹੀ ਰਸੋਈ ਆ ਅਤੇ 25 ਗੱਲ ਸਾਰੀ ਜਗ੍ਹਾ ਵਾ ਅਤੇ ਅਸੀਂ ਕਿੱਥੋਂ 8,00,000 ਰੁਪਏ ਦੇਈਏ। ਰਣਜੀਤ ਕੌਰ ਮੇਰਾ ਨਾਂ ਆ। ਮੇਰੇ ਪਤੀ ਦਾ ਡੈਥ ਹੋ ਗਿਆ, ਉਹਨੇ ਧੱਕਾ ਕੀਤਾ ਮੇਰੇ ਨਾਲ। ਬਾਬਾ ਸੰਗ ਸਿੰਘ ਨਗਰ ਮਕਬੂਲਪੁਰਾ ਬਾਬਾ ਸੰਗ ਸਿੰਘ ਨਗਰ ਮਸਲਾ ਮੇਰੇ ਪੁੱਤ ਦਾ ਹੀ, ਉਹਨੂੰ ਠਾਣੇ ਜੇਲ੍ਹ 'ਚ ਵੀ ਕਰਵਾ ਤਾ ਅਤੇ ਫੈਸਲਾ ਨਹੀਂ ਕਰਦੀ ਮੈਂ ਕਿੱਥੋਂ ਦੇਵਾਂ ਮੇਰੇ ਪਤੀ ਪਤਾ ਨਹੀਂ ਦੱਸਣ ਡੇ ਵੀ ਡੈਥ ਜੀ ਹੋ ਗਈ, ਕੋਈ ਟੈਨਸ਼ਨ ਕਾਰਨ ਕਿਸੇ ਦੀ ਕੋਈ ਬੁਰਾ ਹੋਈ ਨਹੀਂ ਗੱਲ, ਬਾਕੀ ਵੈਰੀਫਾਈ ਕਰਦੇ ਕੀ ਗੱਲਬਾਤ ਹੈ ਫਿਰ ਉਸ ਹਿਸਾਬ ਨਾਲ ਵੇਖ ਲੈਂਦੇ। ਨਹੀਂ ਸਾਨੂੰ ਮੇਰੇ ਬਾਰੇ ਹਜੇ ਕੋਈ ਨੋਲੇਜ, ਮੈਂ ਤਾਂ ਹਜੇ 2 ਮਿੰਟ ਹੀ ਹੋਇਆ ਇਹਨੂੰ ਅਤੇ ਇਹਨਾਂ ਨੇ ਧਰਨਾ ਦਿੱਤਾ ਸੀ। ਮੈਂ ਇਹਨੂੰ ਪੁੱਛ ਰਿਹਾ ਵੀ ਕੀ ਗੱਲਬਾਤ ਹੈ, ਦੱਸੋ ਸਾਨੂੰ। ਪੁਲਿਸ ਸਾਰਿਆਂ ਦੀ ਹੈਲਪ ਵਾਸਤੇ ਆ, ਇਹਨਾਂ ਦੀ ਹੈਲਪ ਵਾਸਤੇ ਹੀ ਬੈਠੀ ਆ। ਨਹੀਂ ਇਹ ਕੋਈ ਗੱਲਬਾਤ ਨਹੀਂ ਹੈ, ਮੈਂ ਬਦਨਾਮ ਕਰਨ ਜੋ ਮਰਜ਼ੀ ਗੱਲਾਂ ਕਰੀ ਜਾਈ, ਗੱਲ ਦਾ ਕੋਈ ਮੁੱਲ ਥੋੜ੍ਹੀ ਆ। ਜਦੋਂ ਸਿਆਣੇ ਬੰਦੇ ਆ ਹੁਣ ਆਪਣੀ ਗੱਲ ਕਰਨ, ਆਪਣੀ ਆਪਣਾ ਪੱਖ ਰੱਖਣ, ਜਿਹੜੀ ਗੱਲ ਬਣਦੀ ਵੇਖ ਲੈਣਗੇ। ਪੁਲਿਸ ਅਫਸਰ ਕਾਹਦੇ ਵਾਸਤੇ ਬੈਠੇ ਆ? ਸਰ ਪਰਿਵਾਰ ਨੂੰ ਇਨਸਾਫ਼ ਮਿਲੇਗਾ ਜੀ? ਬਿਲਕੁਲ ਮਿਲੇਗਾ, ਗੁਰੂ ਮਹਾਰਾਜ ਦੀ ਕਿਰਪਾ ਸਾਰਿਆਂ ਨੂੰ ਇਨਸਾਫ਼ ਮਿਲੇਗਾ।